ਮੇਰੇ ਨਾ ਸ਼ੋਅ 'ਚ ਬੜੀ ਪ੍ਰੋਬਲਮ ਹੈ। ਕੱਲ੍ਹ ਪਰਸੋਂ ਮੈਂ ਇੱਕ ਸ਼ੋਅ ਰੱਖਿਆ, ਟਾਂਡੇ ਇੱਧਰ ਰੱਖਿਆ, ਇੱਕ ਬੰਦਾ ਮੀਜੋ ਬੋਲੇ ਬੋਲੇ ਬੜਕਾ ਬੋਲਿਆ, ਮੈਂ ਤੁਹਾਨੂੰ ਦੇਖੇ ਬੋਲੇ ਤੁਹਾਨੂੰ ਆਲਟੋ 'ਚ ਵਾ ਦੇ, ਮੈਨੂੰ ਤਾਂ 250 ਦੀ ਟਿਕਟ ਹੈ, ਆਲਟੋ 'ਚ ਹੀ ਆਉਣਾ ਮੈਂ, ਤੁਹਾਂ ਖਰਚਾ 1000 ਰੁਪਈਏ, ਮੈਂ ਹੈਲੀਕਾਪਟਰ ਬੁੱਕ ਕਰ ਲੈਂਗਾ। ਸਟੈਂਡ ਅਪ ਕਾਮੇਡੀ ਕੋਈ ਦੇਖੀ ਹੈ ਪਹਿਲਾਂ ਲਾਈਵ? ਜਿਹੜੇ ਸ਼ਹਿਰ 'ਚ ਰਹਿੰਦੇ ਤੁਹਾਨੂੰ ਤਾਂ ਪਤਾ ਗ੍ਰਾਂ 'ਚ ਨਹੀਂ ਹੈ ਅੱਜ ਕਲਚਰ, ਆਪਣੇ ਦੇਖੀ ਹੈ ਕਿਸ ਦਾ ਸੈੱਟ ਦੇਖਿਆ ਪਹਿਲੇ, ਹੈ ਸੁਨੀਲ ਗਰੋਵਰ ਸੈ ਅੱਧਾ ਲੱਕੜੂਆ ਪਰ ਇਸ ਟਾਈਮ ਮੈਂ ਕੋਈ ਜਵਾਨ ਮਿੰਜੋ ਹੈ ਨਹੀਂ ਹੈ। ਸੁਨੀਲ ਗਰੋਵਰ ਇੱਦਾਂ ਬੋਲਡ ਦਿਖਾਉਣੇ ਦੀ ਜ਼ਰੂਰਤ ਹੈ ਨਹੀਂ। ਅੱਛਾ ਸੁਨੀਲ ਗਰੋਵਰ ਮਤਲਬ ਹਰਸ਼ ਗੁਜਰਾਲ ਬੱਸੀ ਵਗੈਰਾ ਇਹ ਕੋਈ ਨਹੀਂ ਦੇਖੀ ਵੱਲ ਤੱਕ, ਪਰ ਪਹਾੜੀਏ 'ਚ ਮੁਕਾਬਲਾ ਥੋੜ੍ਹੀ ਹੈ ਇਹਦੇ ਨਾਲ। ਮੈਨੂੰ ਬੜੇ ਸਾਰੇ ਮੁੰਡੇ ਬੋਲਦੇ ਸੀ ਬੋਲੇ ਯਾਰ ਤੂੰ ਹਿੰਦੀ ਮੈਂ ਕਰ ਲਈ ਯਾਰ, ਬੋਲੇ ਪਹਾੜੀ ਪਤਾ ਨਹੀਂ ਚਲੇਗੀ ਕਿ ਨਹੀਂ ਚਲੇਗੀ, ਮੈਂ ਲੈ ਤੀ ਚਲਾਈ ਨੇ ਦੱਸਗਾ। ਰਾਜ ਭਾਈ ਜਿਤਨੀ ਆਡੀਅੰਸ ਹੈ ਮੈਂ ਸੱਚ ਸਾਬਿਤ ਹੋਈ ਹੈ ਦੇ ਸਾਹਮਣੇ। ਸਟੈਂਡ ਅਪ ਕਾਮੇਡੀ ਨਾ ਸਮਝ ਨਹੀਂ ਪਾ ਦੇ, ਗ੍ਰਾਂ 'ਚ ਬੜਾ ਘੱਟ ਪਤਾ ਹੈ ਸਟੈਂਡ ਅਪ ਕਾਮੇਡੀ ਦਾ ਕਿ ਸਟੈਂਡ ਅਪ ਕਾਮੇਡੀ ਕਿਆ ਚੀਜ਼ ਹੈ। ਗ੍ਰਾਂ 'ਚ ਬੋਲਦੇ ਪ੍ਰੋਗਰਾਮ।